ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਨਾਭਾ 500 ਰੋਡ 'ਤੇ ਇੱਕ ਵੱਡਾ ਹਾਦਸਾ ਹੋ ਗਿਆ ਜਿਸ ਦੌਰਾਨ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਮੌਕੇ 'ਤੇ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਇਸ ਦੇ ਨਾਲ ਹੀ 7 ਸਾਲ ਦਾ ਬੱਚੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਵਿਆਹ ਸਮਾਗਮ ਤੋਂ ਬਾਅਦ ਆਪਣੇ ਘਰੇ ਜਾ ਰਹੇ ਸੀ ਜਿਸ ਦੌਰਾਨ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ ਕਾਰ ਚਾਲਕ ਨਸ਼ੇ ਵਿੱਚ ਧੁੱਤ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਹ ਸਾਡੇ ਪਿੰਡ ਦੇ ਬੰਦੇ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ ਦੋਨੇ ਜੀ ਸੀਗੇ ਇੱਕ ਦਾ ਨਾਮ ਗੁਰਦੀਪ ਹੈ ਜੀ ਤੇ ਜਿਨ੍ਹਾਂ ਲੇਡੀਜ਼ ਦਾ ਮੈਨੂੰ ਨਾਂ ਨਹੀਂ ਪਤਾ ਜੀ ਹਾਂ ਜੀ ਪਤੀ ਪਤਨੀ ਦੋਨੇ ਜੀ ਉਮਰ ਹੈਗੀ ਜੀ ਤਕਰੀਬਨ 30 ਸਾਲ ਮੁੰਡੇ ਦੀ ਹੈ ਜੀ ਤੇ 28-29 ਸਾਲ ਕੁੜੀ ਦੀ ਹੈ ਜੀ ਬੱਚੇ ਦੀ 7-8 ਸਾਲ ਦਾ ਜੀ ਬੱਚਾ ਕਸੂਰ ਗੱਡੀ ਵਾਲੇ ਦਾ ਜੀ ਸ਼ਰਾਬ ਪੀਤੀ ਹੋਈ ਹੈ ਜੀ ਉਹਨੇ ਹਾਂਜੀ ਹਾਂਜੀ ਰਫਤਾਰ ਬਹੁਤ ਤੇਜ਼ ਸੀਗੀ ਜੀ ਘੱਟੋ ਘੱਟ 120 ਦੀ ਸਪੀਡ 'ਤੇ ਸੀਗਾ ਜੀ ਇਹ ਰੋਂਗ ਸਾਈਡ ਤੋਂ ਗੱਡੀ ਮਾਰੀ ਹੈ ਜੀ ਇਹਨੇ ਸਵੇਰੇ ਵਿਆਹ ਗਏ ਨੇ ਜੀ ਇੱਥੋਂ ਆ ਨੇੜੇ ਆ ਪਿੰਡ ਸਹੌਲੀ ਮਾਜਰੀ ਉਹ ਤੋਂ ਵਿਆਹ ਤੋਂ ਵਾਪਸ ਨੂੰ ਆ ਰਹੇ ਸੀ ਜੀ ਤਾਂ ਗੱਡੀ ਵਾਲੇ ਨੇ ਕਿਸੇ ਨੇ ਮਾਰੀ ਆ ਜੀ ਫੇਟ ਵਿਚਾਰੇ ਦੋਏ ਥਾਂ 'ਤੇ ਮਰ ਗਏ ਜੀ ਇੱਕ ਛੋਟਾ ਜਿਹਾ ਬੱਚਾ ਜੀ ਨਾਲ ਅਤੇ ਇਹ ਤਾਂ ਖਤਮ ਹੈ ਜੀ ਘਰ ਵਿਚਾਰਿਆਂ ਦਾ ਖਤਮ ਹੋ ਗਿਆ ਜੀ ਬਿਲਕੁਲ ਖਤਮ ਹੋ ਗਿਆ ਜੀ ਸਹੀ ਗੱਲ ਅੱਜ ਉਹਨਾਂ ਦੇ ਘਰੇ ਦੀਵਾ ਨਹੀਂ ਹੈਗਾ ਜੀ ਨਹੀਂ ਤਾਂ ਦੀਵਾ ਇੱਕ ਅੱਧਾ ਜੀ ਜਗਾਉਂਦਾ ਤਿੰਨੇ ਘਰ ਨੇ ਤਿੰਨ ਵਿਅਕਤੀਆਂ ਦੀ ਡੈਥ ਹੋਈ ਹੈਗੀ ਸੜਕ ਹਾਦਸਾ ਹੋਇਆਗਾ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂਗੇ ਵੀ ਇਹ ਕਿੱਧਰੋਂ ਆਏ ਸੀ ਕਿੱਧਰੋਂ ਜਾ ਰਹੇ ਸੀ ਕੌਣ ਸੀ ਐਕਸੀਡੈਂਟ ਕਰਨਾ ਡੈਡ ਬੋਡੀਆਂ ਲੈ ਕੇ ਆਇਆ ਜੇ ਹੋਸਪਿਟਲ ਰੱਖੀਆਂ ਲਿਆ ਕੇ ਜੀ ਜਿਹੜੇ ਬੱਚੇ ਦੀ ਡੈਥ ਹੋਈ ਆ ਉਹਦੇ ਹੋਸਪਿਟਲ ਉਹ ਹੋਸਪਿਟਲ ਪੁੱਜ ਕੇ ਹੋਈ ਹੈ ਜੀ ਗੱਡੀ ਦਾ ਪਤਾ ਲੱਗਿਆ ਜੀ ਉਹ ਹਜੇ ਸਾਡੀ ਇੱਕ ਪੁਲਿਸ ਪਾਰਟੀ ਉੱਥੇ ਹੈ ਜੀ ਅਸੀਂ ਇੱਥੇ ਡੈਡ ਬੋਡੀਆਂ ਲੈ ਕੇ ਆਇਆ ਸਾਰਾ ਵੈਰੀਫਾਈ ਕਰਕੇ ਅਸੀਂ ਜੋ ਸਾਨੂੰ ਬਿਆਨ ਲਿਖਾਉਣਗੇ ਉਸ ਦਿਨ ਤੱਕ ਅਗਲੀ ਕਾਨੂੰਨੀ ਕਾਰਵਾਈ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼